ਉਹ ਬੰਦੇ ਨੇ ਬੁੜੀ ਨੂੰ ਮਾਰ ਕੇ ਮੰਨ ਲਓ ਸੱਟ ਕੇ ਰੁਕਿਆ ਨੀ, ਉਹ ਨਈਆਂ ਵਾਲੇ ਠਾਣੇ ਹੁਣ ਰੁਕੀ ਆ ਬਸ। ਉਹ ਤਾਂ ਐਂ ਲੰਘ ਕੇ ਜਿਵੇਂ ਕੁੱਤਾ ਮਿਲ ਕੇ ਲੰਘੇ ਦੇ, ਮਗਰ ਝਾਕੇ ਵੀ ਨੀ ਮੁੜ ਕੇ ਉਹ। ਉਧਰੋਂ ਬੀਬੀ ਆ ਰਹੀ ਸੀਗੀ ਦਵਾਈ ਲੈ ਕੇ ਡਾਕਟਰ ਉਹਦੇ, ਇਧਰੋਂ ਆਉਂਦੀ ਸੀ ਬਸ ਤੇ ਵਿੱਚ ਵੱਜੀ ਸੀਧੀ ਤੇ ਬੀਬੀ ਦੀ ਮੌਤ ਹੋ ਗਈ। ਅਗਲੇ ਅਕਾਲ ਚ ਕੋਲੇ ਐਕਸੀਡੈਂਟ ਹੋਇਆ, ਉਹਨੂੰ ਮੰਨ ਲਓ 15 ਦਿਨ ਹੋਏ ਨੀ ਭੋਗ ਪਏ ਨੂੰ। ਉਸ ਤੋਂ ਬਾਅਦ ਸਾਡੇ ਪਿੰਡ ਚ ਆ ਦੂਜਾ, ਉੱਥੇ ਤੇ ਬੁੜੀਆਂ ਕੱਚੇ ਖੜੀ ਇਹਨੇ ਬਹੁਤ ਤੇ ਅੱਗ ਲੱਗੀ, ਉਹਨੂੰ ਲੈ ਕੇ ਵਿੱਚ ਮਾਰ ਕੇ ਜਮਾ ਰੁਕੇ ਵੀ ਨਹੀਂ, ਬੰਦਾ ਦੇਖੀ ਪਿੱਛੇ ਹੋਇਆ ਕੀ ਆ, ਅਸੀਂ ਪਿੱਛੇ ਲਾਇਆ ਮੋਟਰ ਪਿਆ ਸੀ, ਸਾਨੂੰ ਵੀ ਇਹਨੇ ਵਿੱਚ ਮਾਰਨੀ ਬਸ ਸਾਨੂੰ ਡਾਹ ਨਹੀਂ ਸੀ ਨੇ। ਉਹ ਬੰਦੇ ਨੇ ਬੁੜੀ ਨੂੰ ਮਾਰ ਕੇ ਮੰਨ ਲਓ ਸੱਟ ਕੇ ਰੁਕਿਆ ਨੀ, ਉਹ ਨਈਆਂ ਵਾਲੇ ਠਾਣੇ ਹੁਣ ਰੁਕੀ ਆ ਬਸ। ਉਹ ਤਾਂ ਐਂ ਲੰਘ ਕੇ ਜਿਵੇਂ ਕੁੱਤਾ ਮਿਲ ਕੇ ਲੰਘੇ ਦੇ, ਮਗਰ ਝਾਕੇ ਵੀ ਨੀ ਮੁੜ ਕੇ ਉਹ। ਉਧਰੋਂ ਬੀਬੀ ਆ ਰਹੀ ਸੀਗੀ ਦਵਾਈ ਲੈ ਕੇ ਡਾਕਟਰ ਉਹਦੇ, ਇਧਰੋਂ ਆਉਂਦੀ ਸੀ ਬਸ ਤੇ ਵਿੱਚ ਵੱਜੀ ਸੀਧੀ ਤੇ ਬੀਬੀ ਦੀ ਮੌਤ ਹੋ ਗਈ। ਅਗਲੇ ਅਕਾਲ ਚ ਕੋਲੇ ਐਕਸੀਡੈਂਟ ਹੋਇਆ, ਉਹਨੂੰ ਮੰਨ ਲਓ 15 ਦਿਨ ਹੋਏ ਨੀ ਭੋਗ ਪਏ ਨੂੰ। ਉਸ ਤੋਂ ਬਾਅਦ ਸਾਡੇ ਪਿੰਡ ਚ ਆ ਦੂਜਾ, ਉੱਥੇ ਤੇ ਬੁੜੀਆਂ ਕੱਚੇ ਖੜੀ ਇਹਨੇ ਬਹੁਤ ਤੇ ਅੱਗ ਲੱਗੀ, ਉਹਨੂੰ ਲੈ ਕੇ ਵਿੱਚ ਮਾਰ ਕੇ ਜਮਾ ਰੁਕੇ ਵੀ ਨਹੀਂ, ਬੰਦਾ ਦੇਖੀ ਪਿੱਛੇ ਹੋਇਆ ਕੀ ਆ, ਅਸੀਂ ਪਿੱਛੇ ਲਾਇਆ ਮੋਟਰ ਪਿਆ ਸੀ, ਸਾਨੂੰ ਵੀ ਇਹਨੇ ਵਿੱਚ ਮਾਰਨੀ ਬਸ ਸਾਨੂੰ ਡਾਹ ਨਹੀਂ ਸੀ ਨੇ। ਉਹ ਬੰਦੇ ਨੇ ਬੁੜੀ ਨੂੰ ਮਾਰ ਕੇ ਮੰਨ ਲਓ ਸੱਟ ਕੇ ਰੁਕਿਆ ਨੀ, ਉਹ ਨਈਆਂ ਵਾਲੇ ਠਾਣੇ ਹੁਣ ਰੁਕੀ ਆ ਬਸ। ਉਹ ਤਾਂ ਐਂ ਲੰਘ ਕੇ ਜਿਵੇਂ ਕੁੱਤਾ ਮਿਲ ਕੇ ਲੰਘੇ ਦੇ, ਮਗਰ ਝਾਕੇ ਵੀ ਨੀ ਮੁੜ ਕੇ ਉਹ। ਉਧਰੋਂ ਬੀਬੀ ਆ ਰਹੀ ਸੀਗੀ ਦਵਾਈ ਲੈ ਕੇ ਡਾਕਟਰ ਉਹਦੇ, ਇਧਰੋਂ ਆਉਂਦੀ ਸੀ ਬਸ ਤੇ ਵਿੱਚ ਵੱਜੀ ਸੀਧੀ ਤੇ ਬੀਬੀ ਦੀ ਮੌਤ ਹੋ ਗਈ। ਅਗਲੇ ਅਕਾਲ ਚ ਕੋਲੇ ਐਕਸੀਡੈਂਟ ਹੋਇਆ, ਉਹਨੂੰ ਮੰਨ ਲਓ 15 ਦਿਨ ਹੋਏ ਨੀ ਭੋਗ ਪਏ ਨੂੰ। ਉਸ ਤੋਂ ਬਾਅਦ ਸਾਡੇ ਪਿੰਡ ਚ ਆ ਦੂਜਾ, ਉੱਥੇ ਤੇ ਬੁੜੀਆਂ ਕੱਚੇ ਖੜੀ ਇਹਨੇ ਬਹੁਤ ਤੇ ਅੱਗ ਲੱਗੀ, ਉਹਨੂੰ ਲੈ ਕੇ ਵਿੱਚ ਮਾਰ ਕੇ ਜਮਾ ਰੁਕੇ ਵੀ ਨਹੀਂ, ਬੰਦਾ ਦੇਖੀ ਪਿੱਛੇ ਹੋਇਆ ਕੀ ਆ, ਅਸੀਂ ਪਿੱਛੇ ਲਾਇਆ ਮੋਟਰ ਪਿਆ ਸੀ, ਸਾਨੂੰ ਵੀ ਇਹਨੇ ਵਿੱਚ ਮਾਰਨੀ ਬਸ ਸਾਨੂੰ ਡਾਹ ਨਹੀਂ ਸੀ ਨੇ।